ਅਪੰਗ ਸੁਹਾਗ ਲੋਕ ਮੰਚ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਅੰਗਹੀਣਾਂ ਨੇ ਇੱਕ ਵਿਸ਼ਾਲ ਲੋਕ ਅਧਿਕਾਰ ਰੈਲੀ ਮੋਗਾ ਦੀ ਦਾਣਾ ਮੰਡੀ ਵਿੱਚ ਕੀਤੀ, ਜਿਸ ਦੀ ਪ੍ਰਧਾਨਗੀ ਅਸੂਲ ਦੇ ਫਾਊਂਡਰ ਬਲਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਪੰਜਾਬ ਭਰ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਕਰੀਬ 12,000 ਅੰਗਹੀਣਾਂ ਬਜ਼ੁਰਗ ਵਿਧਵਾਵਾਂ ਅਤੇ ਨਰੇਗਾ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਸਰਕਾਰ ਤੋਂ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਇਸ ਰੈਲੀ ਦਾ ਮੰਤਵ ਇਹਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਅਸੀਂ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਦਿਵਾਉਣਾ ਚਾਹੁੰਦੇ ਹਾਂ ਜੋ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਦਿੱਤੇ ਨੇ ਔਰ ਸਰਕਾਰਾਂ ਨੇ ਦਿੱਤੇ ਨੇ। ਅੱਜ ਦੀ ਇਹ ਜਿਹੜੀ ਰੈਲੀ ਹੈ ਇਹ ਅਪੰਗ ਸਵੰਗ ਲੋਕ ਮੰਚ ਜੋ ਕਿ ਅੰਗਹੀਣਾਂ ਦੀ ਜਥੇਬੰਦੀ ਹੈ ਉਹਦੇ ਰਾਹੀਂ ਕਰਵਾਇਆ ਜਾ ਰਿਹਾ ਹੈ। ਸੋ ਕੇਵਲ 150 ਪਿੰਡਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਸੀ ਉੱਥੋਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੁੱਜੇ ਨੇ ਜਿਨ੍ਹਾਂ ਦੇ ਵਿੱਚ ਅੰਗਹੀਣ ਨੇ, ਬੁਢਾਪਾ ਅਤੇ ਵਿਧਵਾ ਭੈਣਾਂ ਨੇ ਅਤੇ ਉਹਨਾਂ ਤੋਂ ਇਲਾਵਾ ਨਰੇਗਾ ਦੇ ਕਿਰਤੀ ਮਜ਼ਦੂਰ ਨੇ। ਪੰਡਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ, ਸਾਨੂੰ ਉਮੀਦ ਸੀ ਕਿ ਅੱਜ ਇੱਥੇ 20,000 ਲੋਕਾਂ ਦਾ ਇਕੱਠ ਹੋਵੇਗਾ ਪਰ ਨਰਮੇ ਦੀ ਚਗਾਈ ਕਰਕੇ ਇਕੱਠ 10-12 ਹਜ਼ਾਰ ਦਾ ਹੈ। ਲੋਕ ਅਜੇ ਵੀ ਇਹਦੇ ਵਿੱਚ ਸ਼ਾਮਿਲ ਹੋ ਰਹੇ ਨੇ। ਅੱਜ ਜਿਹੜੀ ਸਾਡੀ ਇਹ ਮੀਟਿੰਗ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਹੱਥ ਖੜ੍ਹੇ ਕਰਕੇ 5 ਰੈਜੋਲਿਊਸ਼ਨ ਜਿਹੜੇ ਮਤੇ ਹੈਗੇ ਹੈ ਉਹ ਪਾਸ ਕਰਕੇ ਭੇਜਾਂਗੇ ਔਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰਨ ਅਤੇ ਇਹਨਾਂ 5 ਮਤਿਆਂ ਦੇ ਉੱਤੇ ਗੌਰ ਫਰਮਾਉਣ। ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਉਹਨਾਂ ਦੇ ਵਿੱਚ ਮੁੱਢਲੇ ਤੌਰ 'ਤੇ ਜਿਹੜੇ ਮੁੱਦੇ ਨੇ ਉਹ ਅੰਗਹੀਣਾਂ ਦੇ ਨਾਲ ਜਿਹੜਾ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਉਹਦੀਆਂ ਮੰਗਾਂ ਦੇ ਨੇ ਅਤੇ ਉਸ ਤੋਂ ਇਲਾਵਾ ਬੁਢਾਪਾ ਅਤੇ ਵਿਧਵਾ ਅਤੇ ਅੰਗਹੀਣਤਾ ਜਿਹੜੀ ਪੈਨਸ਼ਨ ਹੈ ਉਹ ਸਰਕਾਰ ਨੇ ਕਿਹਾ ਸੀ ਕਿ ਅਸੀਂ 2,000 ਰੁਪਈਆ 2,500 ਰੁਪਈਆ ਕਰਾਂਗੇ। ਸੋ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ 10 ਮਹੀਨਿਆਂ ਤੋਂ ਲੋਕਾਂ ਨੂੰ ਕੇਵਲ 500 ਰੁਪਈਆ ਪੈਨਸ਼ਨ ਜਿਹੜੀ ਹੈ ਉਹ ਵੀ ਨਹੀਂ ਦਿੱਤੀ ਜਾ ਰਹੀ ਔਰ ਇਹ ਨਹੀਂ ਪਤਾ ਹੁੰਦਾ ਕਿ ਪੈਨਸ਼ਨ ਕਦੋਂ ਮਿਲਣੀ ਹੈ। ਸਾਨੂੰ ਸਮੱਸਿਆ ਸਾਡੀ ਪੈਨਸ਼ਨ ਜੀ ਪਹਿਲਾਂ 500 ਰੁਪਈਆ ਸੀਗਾ ਜੀ, ਵਧਾ ਕੇ 2,000 ਰੁਪਈਆ ਕੀਤੀ ਤਾਂ ਹੈ ਪਰ ਸਾਨੂੰ ਲਾਗੂ ਨਹੀਂ ਹੋਈ। ਵੈਸੇ ਤਾਂ ਪੰਜਾਬ ਦੇ ਵਿੱਚ ਸਮੱਸਿਆ ਹੀ ਸਮੱਸਿਆਵਾਂ ਨੇ ਪਰ ਜਿਹੜੇ ਵਿਕਲਾਂਗ ਅਤੇ ਅੰਗਹੀਣ ਬੰਦੇ ਨੇ ਉਹਨੂੰ ਜ਼ਿੰਦਗੀ ਦੇ ਵਿੱਚ ਹੋਰ ਵੀ ਜ਼ਿਆਦਾ ਮੁਸ਼ਕਲਾਂ ਆਮ ਬੰਦੇ ਨਾਲੋਂ ਆਉਂਦੀਆਂ ਨੇ ਅਤੇ ਖਾਸ ਤੌਰ 'ਤੇ ਬਹੁਤ ਜ਼ਿਆਦਾ ਪੇਂਡੂ ਇਕੱਠ ਹੈ ਪਿੰਡਾਂ ਦੇ ਵਿੱਚੋਂ ਆਇਆ ਜਿਹੜੇ ਛੋਟੇ ਛੋਟੀਆਂ ਮੰਗਾਂ ਲੈ ਕੇ ਉਹਨਾਂ ਦੀ ਪੈਨਸ਼ਨ ਦੀ ਮੰਗ ਹੈ, ਆਟੇ ਦਾਲ ਦੀ ਮੰਗ ਹੈ ਜਾਂ ਕਿਸੇ ਕਿੱਤੇ ਦੀ ਮੰਗ ਹੈ ਉਹਦੇ ਨਾਲ ਜੁੜੀਆਂ ਹੋਈਆਂ ਨੇ। ਹਾਲਾਂਕਿ ਪੈਨਸ਼ਨ ਕੋਈ ਹੁਣ 750 ਕੀਤੀ ਹੈ, ਅਜੇ 500 ਮਿਲਦੀ ਸੀ ਉਹ ਵੀ ਠੀਕ ਤਰੀਕੇ ਨਾਲ ਨਹੀਂ ਮਿਲ ਰਹੀ। ਜੇਕਰ ਸਰਕਾਰੀ ਮੁਲਾਜ਼ਮਾਂ ਦੇ ਤਰਜ਼ ਤੇ ਕਿਹਾ ਜਾਏ ਤਾਂ ਜਿਹੜੀ ਆਖਰੀ ਤਨਖਾਹ ਹੁੰਦੀ ਹੈ ਉਹਦਾ ਅੱਧਾ ਪੈਸਾ ਉਹਨੂੰ ਪੈਨਸ਼ਨ ਦੇ ਰੂਪ। ਮੇਰੀ ਕੰਡੀਸ਼ਨ ਦੇਖ ਸਕਦੇ ਹੋ, ਜਨਮ ਤੋਂ ਲੈ ਕੇ ਹੁਣ ਤੱਕ ਪੇਰੈਂਟਸ ਦੇ ਲਈ ਕਿੰਨਾ ਔਖਾ ਹੁੰਦਾ ਹੈ ਸਰ, ਮਤਲਬ ਪੜ੍ਹਾਉਣਾ ਵੀ ਇਸ ਕੰਡੀਸ਼ਨ ਦੇ ਵਿੱਚ ਮੈਂ ਬਹੁਤ ਔਖੇ ਤਰੀਕੇ ਨਾਲ ਸਟੱਡੀ ਕੰਪਲੀਟ ਕੀਤੀ ਆ। ਮੈਂ ਸਰ ਗ੍ਰੈਜੂਏਸ਼ਨ ਕੀਤੀ, ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੀਤੀ ਆ ਪਰ ਮੈਨੂੰ ਹਜੇ ਤੱਕ ਕੋਈ ਵੀ ਗਵਰਨਮੈਂਟ ਜੋਬ ਨਹੀਂ ਮਿਲੀ। ਈਵਨ For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.